पंजाब दे विच किसानी संघर्ष चल रहा है। इस दरमियान केंद्र सरकार ने किसानों नूं दूजी वारी गलबात दा सद्दा भेजा, जिस नूं किसान मजदूर संघर्ष कमेटी ने दूजी वारी फिर तो रद्द कर दिता है। किसान मजदूर संघर्ष कमेटी का कहना है कि सानू ए तक नहीं पता, चिट्ठी विच नहीं लिखिया, सद्दे विच नहीं लिखिया कि साढ़े नाल मीटिंग करनी किसने है। साढ़े नाल मीटिंग प्रधानमंत्री नरेंद्र मोदी करनगे जां उन्हां दा कोई वजीर करेगा जां फिर कौन करेगा, खेती मंत्रालय का कोई अधिकारी करेगा, सानू इस बारे कोई जानकारी नहीं है। सो चिट्ठी दे विच स्पष्ट तौर ते हाले भी कुछ नहीं लिखा गया, इस करके असी अजिहे हालात दे विच केंद्र सरकार दा ये दूसरा गलबात दा सद्दा भी रद्द करदे हां। ते किसानां दी ये मंग है कि असी सिर्फ ते सिर्फ प्रधानमंत्री नरेंद्र मोदी नाल गलबात करना चाहुंदे हां। ये उन्हां दी पहली प्रायोरिटी आपां जिहनूं कह सकदे हां वह है किसानां दी। किसान मजदूर संघर्ष कमेटी दे सूबा प्रधान ने इस सद्दे नूं रद्द कर दिता है। आज साडा रेल परड़ी बस्ती टैंकां वाले उत्ते लगा मोर्चा 19वें दिन शामिल हो गया, तो जो गलबात दा सद्दा केंद्र सरकार वालों खेतीबाड़ी सकत्तर संजय अग्रवाल वालों भेजा गया 14 तरीक नूं 11:30 बजे गलबात करन वास्ते कृषि भवन विच, उस नूं असीं अज अपनी मीटिंग च किसान मजदूर संघर्ष कमेटी की कोर कमेटी की मीटिंग च विचारिया गया वा। विचारन तों बाद फैसला किया गया वा कि यह जिहड़ा सद्दा दिता गया वा एक ते जो साड़ी मंग सी भी प्रधानमंत्री मोदी साहब जिहड़े आ उह गलबात लई सद्दण, उह किसानां नाल सीधी गलबात करन। दूसरी यह सी भी पंजाब दे किसानां दे नाल नाल हरियाणे दे किसान देश दे किसानां नूं भी इस सद्दा पत्र विच शामिल इस मीटिंग विच शामिल किया जाए, क्योंकि यह मुद्दा जिहड़ा यह पूरे हिंदुस्तान दे किसानां दा एक मुद्दा वा, तो सारे नूं पिंच कर रहा, सारे अंदोलन दे विच आ, जिन्ने भी अंदोलनकारी किसान आ देश दे विच उन्हां सारयां नूं इहदे विच शामिल किया जाए। पर केंद्र सरकार वालों सिर्फ पंजाब दे 29 किसान जथेबंदियां नूं ही मौका सद्दा दिता गया वा भी उह मीटिंग शामिल होण, बाकियां नूं जिहड़ा वा उह सद्दा नहीं दिता गया। इस वजह करके ते नाल इह स्पष्ट नहीं गा, इह स्पष्ट गल नहीं भी जिहड़ी किसान जथेबंदियां नाल मीटिंग आ ਉਹ ਕੌਣ ਮੰਤਰੀ ਕਰ ਰਿਹਾ ਜਾਂ ਕੌਣ ਕਰ ਰਿਹਾ ਜਾਂ ਸਕੱਤਰ ਕਰ ਰਿਹਾ, ਉਸ ਬਾਰੇ ਬਿਲਕੁਲ ਸਪਸ਼ਟ ਨਾ ਹੋਣ ਕਰਕੇ, ਅਤੇ ਨਾਲ ਜਿਹੜੇ ਕਿਸਾਨ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦੇ ਬਿਆਨ ਆ ਰਹੇ ਆ ਵੀ ਜਿਹੜੇ ਆਰਡੀਨੈਂਸ ਉਹ ਕਿਸੇ ਕੀਮਤ 'ਤੇ ਰੱਦ ਨਹੀਂ ਹੋ ਸਕਦੇ, ਇਹ ਸਾਰੀਆਂ ਗੱਲਾਂ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਅਸੀਂ ਕੇਂਦਰ ਸਰਕਾਰ ਦਾ ਜਿਹੜਾ ਗੱਲਬਾਤ ਦਾ ਸੱਦਾ 14 ਤਰੀਕ ਦਾ ਉਹ ਰੱਦ ਕਰ ਦਿੱਤਾ ਅਤੇ ਅਸੀਂ ਗੱਲਬਾਤ 'ਚ ਨਹੀਂ ਜਾ ਰਹੇ। ਕੇਂਦਰ ਸਰਕਾਰ ਨੇ ਪੰਜਾਬ ਦੀਆਂ 29 ਕਿਸਾਨ ਜਥੇਬੰਦੀਆਂ ਨੂੰ ਇਹ ਸੱਦੇ ਭੇਜੇ ਨੇ। ਈਮੇਲ ਅਤੇ ਵਟਸਐਪ ਦੇ ਜ਼ਰੀਏ ਕਿਸਾਨ ਲੀਡਰਾਂ ਨੂੰ ਇਹ ਸੱਦੇ ਮਿਲੇ ਨੇ ਅਤੇ ਕਿਸਾਨ ਭਲਾਈ ਵਿਭਾਗ ਦੇ ਜਿਹੜੇ ਸਕੱਤਰ ਨੇ ਸੰਜੇ ਅਗਰਵਾਲ, ਉਹਨਾਂ ਦੇ ਵੱਲੋਂ ਇਹ ਸੱਦਾ ਭੇਜਿਆ ਗਿਆ। ਪਿਛਲੀ ਵਾਰੀ ਜਿਹੜਾ ਸੱਦਾ ਸੀ ਉਹਦੇ ਵਿੱਚ ਤਾਂ ਕੋਈ ਲੈਟਰ ਹੈੱਡ ਵੀ ਨਹੀਂ ਸੀ, ਗੈਰ ਰਸਮੀ ਜਿਹਾ ਸੱਦਾ ਉਹਨੂੰ ਕਿਸਾਨਾਂ ਨੇ ਕਹਿ ਕੇ ਠੁਕਰਾ ਦਿੱਤਾ ਸੀ। ਪਰ ਇਸ ਵਾਰੀ ਕਹਿੰਦੇ ਸੱਦਾ ਥੋੜ੍ਹਾ ਜਿਹਾ ਸੋਧਿਆ ਹੋਇਆ, ਉਸ ਦੇ ਵਿੱਚ ਜਿਹੜਾ ਸੰਜੇ ਅਗਰਵਾਲ ਹੈਗੇ ਨੇ ਕਿਸਾਨ ਭਲਾਈ ਵਿਭਾਗ ਦੇ ਸਕੱਤਰ, ਉਹਨਾਂ ਦੇ ਲੈਟਰ ਹੈੱਡ 'ਤੇ ਇਹ ਸੱਦਾ ਭੇਜਿਆ ਗਿਆ। ਸੱਦਾ ਹੈ ਕਿ ਕਿਸਾਨ ਜਥੇਬੰਦੀਆਂ ਦਿੱਲੀ ਆ ਕੇ ਕ੍ਰਿਸ਼ੀ ਵਿਭਾਗ ਦੇ ਵਿੱਚ 14 ਅਕਤੂਬਰ ਨੂੰ ਕੇਂਦਰ ਦੇ ਨੁਮਾਇੰਦਿਆਂ ਦੇ ਨਾਲ ਗੱਲਬਾਤ ਕਰਨ, ਪਰ ਕੁਛ ਸਾਫ਼ ਨਹੀਂ ਹੈ, ਸਪਸ਼ਟ ਨਹੀਂ ਹੈ ਕਿ ਨੁਮਾਇੰਦਾ ਕੌਣ ਹੋਏਗਾ ਜਿਹੜਾ ਕਿਸਾਨਾਂ ਦੇ ਨਾਲ ਗੱਲਬਾਤ ਕਰੇਗਾ। ਸੋ ਇਹ ਤਾਂ ਇੱਕ ਜਥੇਬੰਦੀ ਨੇ ਤਾਂ ਸੱਦਾ ਠੁਕਰਾ ਦਿੱਤਾ, ਬਾਕੀ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਦੀ ਕੱਲ੍ਹ ਨੂੰ ਬੈਠਕ ਹੋਏਗੀ ਚੰਡੀਗੜ੍ਹ ਦੇ ਵਿੱਚ, ਕਿਸਾਨ ਭਵਨ ਦੇ ਵਿੱਚ ਬੈਠਕ ਹੋਏਗੀ। ਉਸ ਦੇ ਵਿੱਚ ਇਸ ਮਸਲੇ ਦੇ ਉੱਤੇ, ਇਸ ਸੱਦੇ ਦੇ ਉੱਤੇ ਕੋਈ ਫੈਸਲਾ ਲਿਆ ਜਾ ਸਕਦਾ ਕਿ ਦਿੱਲੀ ਕਿਸਾਨ ਜਾਣਗੇ ਜਾਂ ਨਹੀਂ ਜਾਣਗੇ। ਕੇਂਦਰ ਦੇ ਨਾਲ ਨਾਲ ਪੰਜਾਬ ਦੀ ਕੈਪਟਨ ਸਰਕਾਰ ਨੇ ਵੀ ਕਿਸਾਨਾਂ ਨੂੰ ਗੱਲਬਾਤ ਦੇ ਲਈ ਸੱਦਾ ਭੇਜਿਆ। ਇਹ ਸੱਦਾ ਹੈ 13 ਅਕਤੂਬਰ ਦਾ, ਯਾਨੀ ਕਿ ਕੱਲ੍ਹ ਦਾ। ਕੇਂਦਰ ਦਾ ਸੱਦਾ ਜਿਹੜਾ ਆਇਆ ਉਹ ਪਰਸੋਂ ਦਾ ਹੈ ਅਤੇ ਪੰਜਾਬ ਨੇ ਸੱਦਾ ਭੇਜਿਆ ਹੈ ਕੱਲ੍ਹ ਨੂੰ ਗੱਲਬਾਤ ਕਰਨ ਦਾ। ਕੱਲ੍ਹ ਨੂੰ ਚੰਡੀਗੜ੍ਹ ਦੇ ਵਿੱਚ ਕਿਸਾਨ ਭਵਨ 'ਚ ਕਿਸਾਨ ਜਥੇਬੰਦੀਆਂ ਆਪ ਵੀ ਮੀਟਿੰਗ ਕਰਨਗੀਆਂ ਅਤੇ ਪੰਜਾਬ ਸਰਕਾਰ ਨੇ ਵੀ ਇਹ ਸੱਦਾ ਭੇਜਿਆ। ਜਿਹੜਾ ਪੰਜਾਬ ਸਰਕਾਰ ਨੇ 3 ਮੈਂਬਰੀ ਕਮੇਟੀ ਬਣਾਈ ਹੈ ਵਜ਼ੀਰਾਂ ਦੀ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਦੇ ਲਈ, ਉਸ ਕਮੇਟੀ ਦੇ ਵੱਲੋਂ ਸੱਦਾ ਭੇਜਿਆ ਗਿਆ ਹੈ। ਇਸ ਬਾਰੇ ਹਾਲੇ ਤੱਕ ਕਿਸਾਨਾਂ ਨੇ ਕੋਈ ਪ੍ਰਤੀਕਰਮ ਨਹੀਂ ਦਿੱਤਾ। ਉਸ ਬਾਰੇ ਵੀ ਕੱਲ੍ਹ ਨੂੰ ਹੀ ਵਿਚਾਰ ਕੀਤਾ ਜਾਏਗਾ। ਕੱਲ੍ਹ ਨੂੰ ਕਿਸਾਨਾਂ ਦੀ ਬੈਠਕ ਦੇ ਵਿੱਚ ਫੈਸਲਾ ਹੋਏਗਾ ਕਿ ਉਹਨਾਂ ਨੇ ਕੈਪਟਨ ਦੇ ਨੁਮਾਇੰਦਿਆਂ ਨਾਲ ਵੀ, ਕੈਪਟਨ ਸਾਹਿਬ ਦੀ ਕਮੇਟੀ ਦੇ ਨਾਲ ਵੀ ਇਹ ਗੱਲਬਾਤ ਕਰਨੀ ਹੈ ਜਾਂ ਨਹੀਂ ਕਰਨੀ। ਸੋ ਕੱਲ੍ਹ ਨੂੰ ਸਾਰੀ ਸਥਿਤੀ ਸਪਸ਼ਟ ਹੋਏਗੀ ਕਿ ਕਿਸਾਨ ਕਿਹਦੇ ਨਾਲ ਗੱਲਬਾਤ ਕਰ ਰਹੇ ਨੇ, ਕਿਹਦੇ ਨਾਲ ਠੁਕਰਾਉਣਗੇ, ਇਹ ਕੱਲ੍ਹ ਨੂੰ ਸਾਫ਼ ਹੋ ਜਾਏਗਾ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਇੱਕ ਹੋਰ ਵੱਡਾ ਐਲਾਨ ਕੀਤਾ ਹੈ। ਪੂਰੇ ਪੰਜਾਬ ਦੇ ਵਿੱਚ ਦੁਸਹਿਰੇ ਵਾਲੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ,
मुकेश अंबानी ते अडानी जिहड़े वड्डे कारोबारी ने इन्हां तिन्नां दे पुतले रावण वांग फूके जाणगे, यानी कि नरेंद्र मोदी नूं रावण बना के फूकिया जाएगा, अंबानियां ते अडानियां नूं भी रावण बना के फूकिया जाएगा। इस जथेबंदी ने ऐलान किया है कि पूरे पंजाब दे विच 800 पिंडां दे विच ये पुतले फूके जाणगे। उस तो पहला 23 अक्तूबर नूं कल्ले अमृतसर दे विच ये पुतले फूके जाणगे। किसानां दा कहना है कि अज दा जिहड़ा रावण है ਉਹ ਸਾਡੇ ਦੇਸ਼ ਦਾ ਪ੍ਰਧਾਨਮੰਤਰੀ ਹੈ। ਅੱਜ ਦਾ ਰਾਵਣ ਵੱਡੇ ਕਾਰੋਬਾਰੀ ਨੇ ਜਿਨ੍ਹਾਂ ਨੇ ਸਰਕਾਰ ਨੂੰ ਆਪਣੀ ਮੁੱਠੀ ਦੇ ਵਿੱਚ ਕਰ ਰੱਖਿਆ ਅਤੇ ਇਹਨਾਂ ਪੂੰਜੀਪਤੀਆਂ ਨੂੰ ਅਸੀਂ ਰਾਵਣ ਬਣਾ ਕੇ ਸਾੜਾਂਗੇ, ਜਿਹੜੇ ਕਿ ਸਾਨੂੰ ਖਾਈ ਜਾ ਰਹੇ ਨੇ, ਸਾਨੂੰ ਲੁੱਟੀ ਜਾ ਰਹੇ ਨੇ। ਇਹ ਐਲਾਨ ਹੈ ਜਿਹੜਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਕੀਤਾ ਹੈ। ਇਹ ਜਿਹੜਾ ਮੋਰਚਾ ਵਾ ਇਸ ਨੂੰ ਅਸੀਂ ਅੱਗੇ ਵਧਾਉਂਦਿਆਂ ਹੋਇਆਂ ਜੋ 11 ਤਰੀਕ ਤੱਕ ਸੀ ਪਹਿਲਾਂ, ਹੁਣ ਇਹਨੂੰ 14 ਤਰੀਕ ਤੱਕ ਜਾਰੀ ਰੱਖਾਂਗੇ। 13 ਤਰੀਕ ਨੂੰ ਦੁਬਾਰਾ ਕੋਰ ਕਮੇਟੀ ਦੀ ਮੀਟਿੰਗ ਹੋਵੇਗੀ, ਉਸ ਵਿੱਚ ਇਸ ਦੇ ਮੋਰਚੇ ਬਾਰੇ ਅੱਗੇ ਵਧਾਉਣ ਬਾਰੇ ਫੈਸਲਾ ਕੀਤਾ ਜਾਵੇਗਾ। ਇਹ ਜਿਹੜੀ ਚੁਣੌਤੀ ਦੇ ਰਹੇ ਆ, ਜਿਹੜੀ ਵੰਗਾਰ ਦੇ ਰਹੇ ਆ ਪੰਜਾਬ ਦੇ ਕਿਸਾਨਾਂ ਨੂੰ ਜਾਂ ਹਿੰਦੁਸਤਾਨ ਦੇ ਕਿਸਾਨਾਂ ਨੂੰ, ਅਸੀਂ ਇਹ ਵੰਗਾਰ ਅਤੇ ਚੁਣੌਤੀ ਕਬੂਲ ਕਰਦੇ ਹਾਂ। ਲੜਾਈ ਲੰਮੀ ਹੋ ਸਕਦੀ ਆ ਪਰ ਆਰਡੀਨੈਂਸ ਰੱਦ ਕਰਵਾ ਕੇ ਰਵਾਂਗੇ। ਇਹ ਅਸੀਂ ਇਹਨਾਂ ਦਾ ਜਿਹੜੀ ਚੁਣੌਤੀ ਆ ਇਹ ਕਬੂਲ ਕਰਦੇ ਹਾਂ ਅਤੇ ਨਾਲ ਹੀ ਅਸੀਂ ਡਾਨੀਆਂ ਬਾਨੀਆਂ ਦਾ ਅਤੇ ਉਹਦੇ ਜੋਟੀਦਾਰ ਮੋਦੀ ਦਾ, ਨਰਿੰਦਰ ਮੋਦੀ ਦਾ, ਪ੍ਰਧਾਨ ਮੰਤਰੀ ਦਾ ਜਿਹੜਾ ਪੁਤਲਾ ਵਾ 23 ਤਰੀਕ ਨੂੰ ਐਤਵਾਰ ਜਿਹੜਾ ਵਾ ਉਹ ਅੰਮ੍ਰਿਤਸਰ ਦੀ ਧਰਤੀ 'ਤੇ ਫੂਕਾਂਗੇ ਅਤੇ ਉਹ ਬੀਬੀਆਂ ਦਾ ਬਹੁਤ ਵੱਡਾ ਇਕੱਠ ਹੋਊਗਾ ਅਤੇ ਉਹਦੇ ਵਿੱਚ ਜਿਹੜਾ ਉਹਦਾ ਵੱਡਾ ਪੋਰਟਰੇਟ ਬਣਾ ਕੇ ਉਹ ਪੁਤਲਾ ਫੂਕਿਆ ਜਾਊਗਾ ਡਾਨੀਆਂ ਬਾਨੀਆਂ ਦਾ ਅਤੇ ਨਰਿੰਦਰ ਮੋਦੀ ਦਾ। ਇਸ ਤੋਂ ਇਲਾਵਾ 25 ਅਕਤੂਬਰ ਨੂੰ ਦੁਸਹਿਰੇ ਵਾਲੇ ਦਿਨ ਪੰਜਾਬ ਦੇ 800 ਪਿੰਡਾਂ ਦੇ ਵਿੱਚ ਜਿਹੜੇ ਪੁਤਲੇ ਫੂਕੇ ਜਾਣਗੇ, ਨਾਲ ਕਸਬਿਆਂ 'ਚ ਪੁਤਲੇ ਫੂਕੇ ਜਾਣਗੇ, 800 ਤੋਂ ਵੱਧ ਪਿੰਡਾਂ 'ਚ ਪੁਤਲੇ ਫੂਕੇ ਜਾਣਗੇ, ਪੁਤਲੇ ਫਾ ਕੇ ਰੋਸ ਮੁਜ਼ਾਹਰੇ ਕੀਤੇ ਜਾਣਗੇ ਅਤੇ ਇਸ ਲੜਾਈ ਨੂੰ ਹੋਰ ਅੱਗੇ ਤੇਜ਼ ਕੀਤਾ ਜਾਊਗਾ। ਸੋ ਕਿਸਾਨਾਂ ਦਾ ਸੰਘਰਸ਼ ਹੈ ਜਿਹੜਾ ਅੱਜ 12ਵੇਂ ਦਿਨ ਦੇ ਵਿੱਚ ਦਾਖਲ ਹੋ ਗਿਆ। ਜਿਹੜਾ 1 ਅਕਤੂਬਰ ਤੋਂ ਅਣਮਿੱਥੇ ਸਮੇਂ ਦੇ ਲਈ ਰੇਲ ਰੋਕੋ ਮੋਰਚੇ ਸ਼ੁਰੂ ਕੀਤੇ ਸੀ, ਉਹ 12ਵੇਂ ਦਿਨ ਦੇ ਵਿੱਚ ਦਾਖਲ ਹੋ ਗਏ ਨੇ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਜਿਹੜਾ 24 ਸਤੰਬਰ ਤੋਂ ਲਗਾਤਾਰ ਰੇਲ ਰੋਕੋ ਮੋਰਚਾ ਜਾਰੀ ਹੈ। ਉਹਨਾਂ ਦਾ ਇਹ ਮੋਰਚਾ ਅੱਜ 19ਵੇਂ ਦਿਨ ਦੇ ਵਿੱਚ ਦਾਖਲ ਹੋ ਗਿਆ। ਪੰਜਾਬ ਦੇ ਵਿੱਚ ਥਾਂ ਥਾਂ ਉੱਤੇ ਰਿਲਾਇੰਸ ਦੇ ਪੰਪਾਂ ਦੇ ਬਾਹਰ ਧਰਨੇ ਲੱਗੇ ਹੋਏ ਨੇ, ਟੋਲ ਪਲਾਜ਼ਿਆਂ ਦੇ ਬਾਹਰ ਧਰਨੇ ਲੱਗੇ ਹੋਏ ਨੇ, ਅਡਾਨੀਆਂ ਦੇ ਜਿਹੜੇ ਸਾਈਲੋਜ਼ ਬਣੇ ਹੋਏ ਨੇ ਉਹਨਾਂ ਦੇ ਬਾਹਰ ਧਰਨੇ ਲੱਗੇ ਹੋਏ ਨੇ ਅਤੇ ਬੀਜੇਪੀ ਲੀਡਰਾਂ ਦੇ ਘਰ ਨੇ ਉਹਨਾਂ ਦਾ ਘਿਰਾਓ ਲਗਾਤਾਰ ਕੀਤਾ ਜਾ ਰਿਹਾ ਹੈ। ਅੰਮ੍ਰਿਤਸਰ ਦੇ ਵਿੱਚ ਜਿਹੜੇ ਬੀਜੇਪੀ ਦੇ ਲੀਡਰ ਸ਼ਵੇਤ ਮਲਿਕ ਨੇ ਉਹਨਾਂ ਦੇ ਘਰ ਮੂਹਰੇ ਲਗਾਤਾਰ ਪਹਿਲੇ ਦਿਨ ਤੋਂ ਲੈ ਕੇ 1 ਅਕਤੂਬਰ ਤੋਂ ਲੈ ਕੇ ਇਹ ਧਰਨਾ ਜਾਰੀ ਹੈ। ਕਿਸਾਨਾਂ ਨੇ ਸ਼ਵੇਤ ਮਲਿਕ ਦੇ ਘਰ ਨੂੰ ਘੇਰਾ ਪਾਇਆ ਹੋਇਆ ਅਤੇ ਦਬਾਅ ਬਣਾ ਰਹੇ ਨੇ ਕਿ ਤੁਹਾਡੀ ਜਿਹੜੀ ਸਰਕਾਰ ਹੈਗੀ ਹੈ ਕੇਂਦਰ ਦੇ ਵਿੱਚ, ਬੀਜੇਪੀ ਦੀ ਸਰਕਾਰ ਹੈ, ਉਹਨਾਂ ਨੂੰ ਕਹੋ ਇਹ ਕਾਨੂੰਨ ਨੇ ਜਿਹੜੇ ਰੱਦ ਕੀਤੇ ਜਾਣ। ਸੋ ਪੂਰੇ ਪੰਜਾਬ ਦੇ ਵਿੱਚ ਅੰਦੋਲਨਾਂ ਦਾ ਜਿਹੜਾ ਇਹ ਰੂਪ ਹੈ ਕਈ ਸਾਲਾਂ ਬਾਅਦ ਵੇਖਣ ਨੂੰ ਮਿਲਿਆ, ਜਦੋਂ ਬੱਚੇ, ਬਜ਼ੁਰਗ, ਨੌਜਵਾਨ, ਹਰ ਵਰਗ ਦਾ ਵਿਅਕਤੀ, ਹਰ ਵਰਗ ਦਾ ਪੰਜਾਬੀ ਇਹਨਾਂ ਧਰਨਿਆਂ ਦੇ ਵਿੱਚ ਪਹੁੰਚ ਰਿਹਾ ਅਤੇ ਕਿਸਾਨਾਂ ਦਾ ਸਾਥ ਦੇ ਰਿਹਾ ਅਤੇ ਕਿਸਾਨਾਂ ਦੀ ਜਿਹੜੀ ਏਕਤਾ ਹੈ ਉਹ ਵੀ ਹਾਲੇ ਤੱਕ ਬਹੁਤ ਹੀ ਏਕੇ ਦੇ ਨਾਲ ਚੱਲ ਰਹੀ ਹੈ। ਧੰਨਵਾਦ।